ਫਿਰ ਜਨਾਬ ਉਸ ਤੋਂ ਬਾਅਦ ਅੱਜ ਕੱਲ ਬੰਦੇ ਇਸ ਚੀਜ਼ ਤੇ ਬੜੇ ਸ਼ਕੀਨ ਨੇ ਇਹ ਜਿਹੜੀ ਲੱਗੀ ਉੱਤੇ ਚੀਜ਼ ਇਹ ਵੀ ਨਾ ਪੂਰਾ ਵਿੱਚ ਰੌਣ ਕੱਢਦਾ ਵਾਹ ਵਾਹ ਇਹ ਜਿਹਦਾ ਵਿੱਚ ਪੂਰਾ ਹਾਂ ਜਿਹਦਾ ਪੂਰਾ ਵਿੱਚ ਠੁੱਕੇ ਦਾ ਇਹ ਤਾਂ ਮੋਟਰਸਾਈਕਲ ਗੱਡੀ ਵਾਲਾ ਸਿਸਟਮ ਬਣਾ ਦਿੱਤਾ ਸਾਨੂੰ ਉਹ ਵੀ ਸ਼ੈ ਚਾਹੀਦੀ ਉਹ ਵੀ ਸ਼ੈ ਚਾਹੀਦੀ ਹੈ ਇੰਨਾ ਇਸ ਸਟੇਰਿੰਗ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਬੰਦੇ ਅਸੀਂ ਬਣਾ ਕੇ ਦਿਓ ਬਣਾ ਕੇ ਦਿਓ ਇਹ ਜਨਾਬ ਬਣਾਇਆ ਚੈਨ ਲਗਾ ਹੈ ਉੱਤੇ ਇਹਦੇ ਵਿੱਚ ਬੈਰਿੰਗ ਇਹ ਨਾਲ ਇੰਜ ਘੁੰਮਦਾ 160 ਦਾ ਅੱਛਾ ਜੀ ਇਹ ਛੋਟਾ ਤੇ ਮੋਟਾ ਚੈਨ ਹੈ ਵਾਹ ਇਹ ਤੇ ਖਰਾਬ ਹੁੰਦਾ ਹੀ ਨਹੀਂ ਤੇ ਬਾਕੀ ਆ ਨਾਲ ਚੀਜ਼ ਲਾਈ ਇਹਨੂੰ ਕਮਾਉਣ ਵਾਸਤੇ ਵਾਹ ਜੀ ਫਿਰ ਉਸ ਦੀ ਤਿਆਰ ਕਰਦੇ ਆ ਜੀ ਜਨਾਬ ਫਿਰ ਜੀ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਰਿਆਜ਼ ਭਾਈ ਕੀ ਹਾਲ ਠੀਕ ਠਾਕ ਹੋ ਅੱਲਾ ਦਾ ਸ਼ੁਕਰ ਜਨਾਬ ਠੀਕ ਦੁਆਵਾਂ ਸਭ ਉਧਰ ਚੜਦੇ ਪੰਜਾਬ ਵਾਲ ਸੀ ਲੈਂਦੇ ਪੰਜਾਬ ਵਾਲ ਆਇਆ ਨਹੀਂ ਸੀ ਅੱਛਾ ਅੱਛਾ ਤੇ ਪਹਿਲੋ ਛੱਤ ਵੀ ਅਸੀਂ ਬਣਾਈ ਸਾਰਾ ਕੁਝ ਕੀਤਾ ਹੁਣ ਬੰਦਿਆਂ ਨੇ ਅਸੀਂ ਇੰਜ ਕੀਤਾ ਤੇ ਅਸੀਂ ਇੰਜ ਕੀਤਾ ਤੇ ਅਸੀਂ ਉਂਜ ਕੀਤਾ ਜੀ ਜੀ ਅੱਜ ਥੋੜਾ ਜਿਹਾ ਨਾ ਹੱਡ ਖਰਾਬ ਹੈ ਆਵਾਜ਼ ਨਹੀਂ ਨਿਕਲਦੀ ਜੇ ਪੂਰਾ ਤਾਂ ਹੀ ਮੈਂ ਕਿਹਾ ਕੋਈ ਆਵਾਜ਼ ਨਹੀਂ ਨਾ ਥੋੜਾ ਜਿਹਾ ਹੱਡ ਖਰਾਬ ਹੈ ਸਾਫ ਸੁਥ ਕੀਤਾ ਪਰ ਹੋਇਆ ਨਹੀਂ ਅੱਛਾ ਅੱਛਾ ਤੇ ਹੁਣ ਜਨਾਬ ਆ ਬੰਦੇ ਸਟੀਅਰਿੰਗ ਦੀ ਬੜੀ ਡਿਮਾਂਡ ਕਰਦੇ ਜਿਹੜੇ ਅੱਜ ਕੱਲ ਖਾਸ ਕਰਕੇ ਮੰਮੀ ਡੈਡੀ ਨੇ ਅੱਛਾ ਅੱਛਾ ਜਿਹੜੇ ਬਾਬੇ ਨੇ ਉਹ ਤੇ ਆਂਦੇ ਨੇ ਚਲੋ ਯਾਰ ਗਦਾਰਾ ਹੁੰਦਾ ਹੁੰਦਾ ਪਰ ਜਿਹੜੇ ਮੁੰਡੇ ਨੇ ਉਹ ਆਂਦੇ ਨੇ ਨਹੀਂ ਸਾਨੂੰ ਉਹ ਵੀ ਸ਼ੈ ਚਾਹੀਦੀ ਉਹ ਵੀ ਸ਼ੈ ਚਾਹੀਦੀ ਹੈ ਇੰਨਾ ਇਸ ਸਟੀਅਰਿੰਗ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਬੰਦੇ ਅਸੀਂ ਬਣਾ ਕੇ ਦਿਓ ਬਣਾ ਕੇ ਦਿਓ ਇਹ ਜਨਾਬ ਬਣਾਇਆ ਚੈਨ ਲਗਾ ਹੈ ਉੱਤੇ ਇਹਦੇ ਵਿੱਚ ਬੈਰਿੰਗ ਇਹ ਨਾਲ ਇੰਜ ਘੁੰਮਦਾ ਹੈ ਫਿਰ ਜਨਾਬ ਉਸ ਤੋਂ ਬਾਅਦ ਇਹ ਸਟੀਅਰਿੰਗ ਖਾਲੀ ਚੈਨ ਵਾਲਾ ਅੱਛਾ ਜਿਹੜਾ ਕੋਈ ਬੰਦਾ ਚੈਨ ਵਾਲਾ ਪਸੰਦ ਕਰੇ ਉਹ ਖਾਲੀ ਚੈਨ ਵਾਲਾ ਹੈ ਫਿਰ ਜਨਾਬ ਉਸ ਤੋਂ ਬਾਅਦ ਅੱਜ ਕੱਲ ਬੰਦੇ ਇਸ ਚੀਜ਼ ਤੇ ਬੜੇ ਸ਼ਕੀਨ ਨੇ ਇਹ ਜਿਹੜੀ ਲੱਗੀ ਉੱਤੇ ਚੀਜ਼ ਇਹ ਵੀ ਨਾ ਪੂਰਾ ਵਿੱਚ ਰੌਣ ਕੱਢਦਾ ਵਾਹ ਵਾਹ ਇਹ ਜਿਹਦਾ ਵਿੱਚ ਪੂਰਾ ਹਾਂ ਜਿਹਦਾ ਪੂਰਾ ਵਿੱਚ ਠੁੱਕੇ ਦਾ ਇਹ ਤਾਂ ਮੋਟਰਸਾਈਕਲ ਗੱਡੀ ਵਾਲਾ ਸਿਸਟਮ ਬਣਾ ਦਿੱਤਾ ਇਹ ਭਾਈ ਗੱਲ ਪਤਾ ਕੀ ਹੈ ਜਿਹੜੀ ਚੀਜ਼ ਵੇਖੀ ਨਾ ਮੈਂ ਪਾਕਿਸਤਾਨ 'ਚ ਕਈ ਦਫਾ ਵੇਖ ਰਿਹਾ ਬਸ ਭਾਈ ਤੁਸੀਂ ਇੱਕ ਇਸ ਤੇਰੇਗੇ 260 ਦਾ ਅੱਛਾ ਜੀ ਇਹ ਛੋਟਾ ਤੇ ਮੋਟਾ ਚੈਨ ਹੈ ਵਾਹ ਇਹ ਤੇ ਖਰਾਬ ਹੁੰਦਾ ਹੀ ਨਹੀਂ ਤੇ ਬਾਕੀ ਆ ਨਾਲ ਚੀਜ਼ ਲਾਈ ਇਹਨੂੰ ਕਮਾਉਣ ਵਾਸਤੇ ਵਾਹ ਜੀ ਫਿਰ ਉਸ ਦੀ ਤਿਆਰ ਕਰਦੇ ਆ ਜੀ ਜਨਾਬ ਫਿਰ ਕੀ ਕਰੀਏ ਹੁਣ ਫਿਰ ਉਸ ਤੋਂ ਬਾਅਦ ਇਹ ਸ਼ੀਸ਼ੇ ਦੇ ਨਾਲ ਉਹਨਾਂ ਜੱਟ ਪੁੱਠਿਆਂ ਕੰਮਾਂ ਦਾ ਸ਼ੌਂਕੀ ਨਾ ਰਾਈਫਲ ਬਣ ਗਈ ਹੈ ਵਾਹ ਇੱਥੇ ਵੀ ਸ਼ੀਸ਼ਾ ਲੱਗੇਗਾ ਇੱਥੇ ਵੀ ਸ਼ੀਸ਼ਾ ਲਾ ਲਓ ਭਾਵੇਂ ਅੱਛਾ ਜੀ ਫਿਰ ਉਸ ਤੋਂ ਬਾਅਦ ਇੱਧਰ ਛੋਟੀ ਰਾਈਫਲ ਲਾ ਦਿੱਤੀ ਲੈ ਤੇ ਇਹ ਜਨਾਬ ਇਨਸ਼ਾਅੱਲਾ ਅੱਜ ਨੂੰ ਰਾਈਫਲਾਂ ਦਾ ਸ਼ੌਂਕ ਹੈ ਉਹਦਾ ਵੀ ਸ਼ੌਂਕ ਪੂਰਾ ਹੋ ਗਿਆ ਹਾਂਜੀ ਉਹਦਾ ਵੀ ਸ਼ੌਂਕ ਪੂਰਾ ਹੋ ਗਿਆ ਪੂਰਾ ਇੰਡੀਅਨ ਮਾਲ ਬਣਾਤਾ ਪੂਰਾ ਇੰਡੀਅਨ ਮਾਲ ਬਣਾ ਦਿੱਤਾ ਜਨਾਬ ਅੱਛਾ ਅੱਛਾ ਇਹ ਜਦੋਂ ਉਹਨਾਂ ਦੀ ਵੀਡੀਓ ਅੱਗੇ ਬਣਾਈ ਨਹੀਂ ਹੁਣ ਬਣਾਈ ਯਕਦਮ ਇਹਨਾਂ ਦੀ ਡਿਮਾਂਡ ਹੋ ਜਾਣੀ ਅੱਛਾ ਅੱਛਾ ਇਨਸ਼ਾਅੱਲਾ ਕੋ ਹੋਰ ਵੀ ਜ਼ਿਆਦਾ ਅਸੀਂ ਬਣਾ ਕੇ ਤੇ ਮਾਰਕੀਟ ਦੇ ਆ ਤੇ ਥੋੜਾ ਜਿਹਾ ਦੱਸੋ ਇਹਨਾਂ ਦਾ ਬਾਰੇ ਕੀ ਰੇਟ ਸ਼ੇਟ ਦੇ ਇਹਨਾਂ ਦੇ ਇਹ ਜਨਾਬ ਜਿਹੜਾ ਸਟੀਅਰਿੰਗ ਇਹ 13,000 ਦਾ ਹੈ ਇਹ ਜਿਹੜਾ ਇਹ ਜਿਹੜਾ ਹੈ ਅੱਛਾ ਜਿਹੜਾ ਤੁਹਾਡੇ ਪੈਰਾਂ 'ਚ ਪਿਆ ਹੈ ਇਹ ਸਟੀਅਰਿੰਗ 10,000 ਦਾ ਹੈ ਅੱਛਾ ਅੱਛਾ ਜਿਹੜਾ ਪਰਲੇ ਪਾਸੇ ਪਿਆ ਹੈ ਇਹ ਵੀ 10,000 ਦਾ ਹੈ ਠੀਕ ਹੈ ਉਸ ਤੋਂ ਬਾਅਦ ਆ ਜਿਹੜਾ ਸਲੰਸਰ ਹੈ 8,000 ਦਾ ਹੈ ਤੇ ਜੇ ਇਹਨੂੰ ਜਾਲੀ ਲਾਵੋ ਤੇ ਫਿਰ 10,000 ਦਾ ਹੈ ਠੀਕ ਤੇ ਉਸ ਤਰ੍ਹਾਂ ਛੱਤਾਂ ਵੀ ਇਨਸ਼ਾਅੱਲਾ ਵੱਧ ਤੋਂ ਵੱਧ ਅਸੀਂ ਬਣਾਉਣੇ ਆ ਤੇ ਲੈ ਕੇ ਆ ਰਹੇ ਆ ਨਵਾਂ ਡਿਜ਼ਾਈਨ ਸੁਣਦੇ ਹੋਰ ਆਉਣੀਆਂ ਨੇ ਛੱਤਾਂ ਨਵਾਂ ਡਿਜ਼ਾਈਨ ਇਨਸ਼ਾਅੱਲਾ ਪਰਸੋਂ ਆ ਜਾਏਗਾ ਪਰਸੋਂ ਹਾਂਜੀ ਬੜੀ ਡਿਮਾਂਡ ਬੰਦੇ ਪੁੱਛਣ ਦੇ ਨੇ ਯਾਰ ਕਿਹੜਾ ਮਾਡਲ ਤਿਆਰ ਕਰ ਰਹੇ ਨੇ ਉਹ ਤੁਸੀਂ ਆਂਦੇ ਨੇ ਸਰਪ੍ਰਾਈਜ਼ ਦੇਣਾ ਰਿਆਜ਼ ਭਾਈ ਨੇ ਬਸ ਜੀ ਹਾਂਜੀ ਆ ਤੁਸੀਂ ਆਂਦੇ ਨੇ ਯੂ ਆ ਵੇਖੋ ਨਾ ਆ ਇੱਕ ਪੈਪ ਦਾ ਰੰਗ ਤੋਂ ਬਗੈਰ ਪਿਆ ਯੂ ਇਹਨੂੰ ਕੋਈ ਵਿੱਚ ਜੋੜ ਨਹੀਂ ਕਿਸੇ ਪਾਸੇ ਵੀ ਆਹ ਇੰਜ ਸਾਫ ਹੈ ਬੰਦੇ ਵਿੱਚ ਤਿੰਨ ਤਿੰਨ ਟੋਟੇ ਲਾਉਂਦੇ ਨੇ ਉਹ ਕੰਮ ਨਹੀਂ ਕਰੀਦਾ ਛੱਤ ਸਾਡੀ ਕੋ 4-5 ਦਾ ਜ਼ਰੂਰ ਮੰਗੀਏ ਬਾਕੀ ਇਹਦੇ ਵਿੱਚ ਕੋਈ ਐਸਾ ਕੰਮ ਨਹੀਂ ਹੈਗਾ ਸਾਰਾ ਕੰਮ ਅਸੀਂ ਇੱਥੇ ਕਰਨੇ ਨਹੀਂ ਵੀ ਉੱਥੋਂ ਫੜ ਕੇ ਵੇਚੀ ਲਾਂਬੇ ਵਾਲਾ ਕੰਮ ਨਹੀਂ ਉਹ ਨਹੀਂ ਅਸੀਂ ਕਰਦੇ ਸਾਰਾ ਕੰਮ ਅਸੀਂ ਆਪਣੇ ਇੱਥੇ ਕਰਨੇ ਰਿਆਜ਼ ਭਾਈ ਇਸ ਤਰ੍ਹਾਂ ਮਜ਼ੀਦ ਆਪਣਾ ਰਾਬਤਾ ਨੰਬਰ ਸ਼ੇਅਰ ਕਰ ਦਿਓ ਅਗਰ ਬੰਦੇ ਨੇ ਲੈਣੇ ਹੋਣ 0300 ਪੂਰਾ 786 2192 0345 4045 777 ਇਹਨਾਂ ਦੋ ਨੰਬਰਾਂ ਤੇ WhatsApp ਬਣੀ ਅਗਰ ਆਨਲਾਈਨ ਮੰਗਵਾਣੇ ਹੋਣ ਤੇ ਆਨਲਾਈਨ ਮੰਗਵਾਉਣਾ ਸਾਨੂੰ ਰਸ ਦੇ ਦੇਣ ਅਸੀਂ ਭੇਜ ਦੇਵਾਂਗੇ ਕੋਈ ਰੌਲਾ ਨਹੀਂ ਹੈਗਾ ਅੱਛਾ ਅੱਛਾ ਠੀਕ ਹੈ ਰਿਆਜ਼ ਭਾਈ ਬਹੁਤ ਮਿਹਰਬਾਨੀ